ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਸਮੇਂ ਦੌਰਾਨ ਜੋ ਲੋਕਾਂ ਦੇ ਨੀਲੇ ਕਾਰਡ ਬਣਾਏ ਸਨ ਉਹਨਾਂ ਨੂੰ ਕਾਂਗਰਸ ਸਰਕਾਰ ਵੱਲੋਂ ਕੱਟਿਆ ਜਾ ਰਿਹਾ ਹੈ। ਫਿਲੌਰ ਹਲਕੇ ਦੇ ਪਿੰਡ ਵਿਰਕਾ ਦੇ ਲੋਕਾਂ ਨੇ ਇਕੱਠੇ ਹੋ ਕੇ SDM ਫਿਲੌਰ ਨੂੰ ਮੰਗ ਪੱਤਰ ਦਿੱਤਾ ਅਤੇ SDM ਤੋਂ ਮੰਗ ਕੀਤੀ ਕਿ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜੋ ਰਾਜਨੀਤਿਕ ਰੰਜਿਸ਼ ਤਹਿਤ ਨੀਲੇ ਕਾਰਡ ਕੱਟ ਦਿੱਤੇ ਹਨ ਉਹ ਮੁੜ ਕੇ ਬਹਾਲ ਕੀਤੇ ਜਾਣ। ਇਸ ਮੌਕੇ ਲਾਡੀ ਬਸਰਾ ਨੇ ਕਿਹਾ ਕਿ ਪਿੰਡ ਵਿਰਕਾ ਦੇ ਕਰੀਬ 350 ਕਾਰਡ ਕੱਟੇ ਗਏ ਹਨ ਜੋ ਸਰਾਸਰ ਧੱਕਾ ਹੈ। ਮੌਜੂਦਾ ਸਰਕਾਰ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਗਰੀਬਾਂ ਦੇ ਹੱਥ 'ਚੋਂ ਰੋਟੀ ਖੋ ਰਹੀ ਹੈ। ਇਸ ਮੌਕੇ ਨੀਟਾ ਗੁਹਾਵਰ, ਹਰਬੰਸ ਲਾਲ, ਸੋਹਨ ਲਾਲ, ਜੋਗਿੰਦਰ ਪਾਲ, ਸ਼ਿੰਦੋ ਕਸ਼ਮੀਰ ਕੌਰ, ਸੰਦੀਪ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਅੱਜ ਜੋ ਮੰਗ ਪੱਤਰ SDM ਸਾਹਿਬ ਫਲੋਰ ਨੂੰ ਅਸੀਂ ਦੇ ਕੇ ਆਏ ਹਾਂ ਉਹ ਜੋ ਪਿੰਡ ਵਿਰਕਾ ਦੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਜਿਨ੍ਹਾਂ ਦੇ ਵੀ ਨੀਲੇ ਕਾਰਡ ਬਣਾਏ ਗਏ ਸਨ ਉਹ ਸਾਰੇ ਹੀ ਬਿਨਾਂ ਕਿਸੇ ਕਾਰਨ ਤੋਂ ਕੱਟ ਦਿੱਤੇ ਗਏ ਹਨ, ਜਿਹਦੇ ਵਿੱਚ ਨਾ ਤਾਂ ਕੋਈ ਵੀ ਇਤਲਾਹ ਦਿੱਤੀ ਗਈ ਨਾ ਕੋਈ ਸਰਵੇ ਕੀਤਾ ਗਿਆ। ਉਹ ਸਿੱਧੇ ਤੌਰ 'ਤੇ ਇੱਕ ਵਿਤਕਰਾ ਕੀਤਾ ਗਿਆ ਹੈ ਜੋ ਕਿ ਗਰੀਬ ਪਰਿਵਾਰ ਸਾਰੇ ਉਹਨਾਂ ਦਾ ਕੋਈ ਵੀ ਜਿਹੜਾ ਪਰਿਵਾਰਕ ਮੈਂਬਰ ਆ ਉਹ ਵਿਦੇਸ਼ ਵਿੱਚ ਵੀ ਨਹੀਂ ਹੈ ਨਾ ਕੋਈ ਸਰਕਾਰੀ ਨੌਕਰੀ ਦੇ ਉੱਤੇ ਹੈ। ਸੋ ਅਸੀਂ SDM ਸਾਹਿਬ ਨੂੰ ਇਹੀ ਮੰਗ ਪੱਤਰ ਦੇ ਕੇ ਹਨ ਕਿ ਕਿਰਪਾ ਕਰਕੇ ਇਹ ਜਿਹੜਾ ਸਰਵੇ ਦੁਬਾਰਾ ਕੀਤਾ ਜਾਵੇ ਔਰ ਜਿਹੜਾ ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਆਪਣੇ ਤੌਰ 'ਤੇ ਦੇਖਿਆ ਜਾਵੇ ਔਰ ਜਿਹੜੇ ਕਾਰਡ ਕੱਟੇ ਗਏ ਹਨ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਦੁਬਾਰਾ ਜਾਰੀ ਕੀਤਾ ਜਾਵੇ ਤਾਂ ਜੋ ਲੋਕ ਆਪਣੀਆਂ ਸੁੱਖ ਸਹੂਲਤਾਂ ਮਾਣ ਸਕਣ ਔਰ ਗਰੀਬੀ ਰੇਖਾ ਤੋਂ ਜਿਹੜੇ ਹੇਠਾਂ ਜਿੰਨੇ ਵੀ ਪਰਿਵਾਰ ਆ ਉਹ ਆਪਣੇ ਤੌਰ 'ਤੇ ਉਹਨਾਂ ਦਾ ਸਰਵੇ ਕਰਕੇ ਇਹਨਾਂ ਕਾਰਡਾਂ ਨੂੰ ਦੁਬਾਰਾ ਜਾਰੀ ਕੀਤਾ ਜਾਵੇ। ਕਿੰਨੇ ਕਾਰਡ ਕੱਟੇ ਆ? ਇਹ ਜੀ ਤਕਰੀਬਨ 400 ਦੇ ਕਰੀਬ ਕਾਰਡ ਕੱਟੇ ਗਏ ਆ ਜਿਨ੍ਹਾਂ ਦੇ ਵਿੱਚ ਕਿ ਸਾਰੀਆਂ ਜਾਤੀਆਂ ਨਾਲ ਸੰਬੰਧਿਤ ਲੋਕ ਹੈਗੇ ਆ ਉਹਦੇ ਵਿੱਚ SC ਸਮਾਜ ਦੇ ਜ਼ਿਆਦਾ ਕਾਰਡ ਕੱਟੇ ਗਏ ਆ ਜਿਹੜੇ ਕਿ ਪਿਛਲੇ 10 ਸਾਲਾਂ ਤੋਂ ਬਿਨਾਂ ਕਿਸੇ ਰੋਕ ਤੋਂ ਕਣਕ ਲੈ ਰਹੇ ਸਨ ਔਰ ਸਾਰੀਆਂ ਸਹੂਲਤਾਂ ਲੈ ਰਹੇ ਸਨ। ਫਿਰ ਰਾਜਨੀਤਿਕ ਰੰਜਿਸ਼ ਕਰਕੇ ਵੀ ਕੱਟੇ ਗਏ? ਹਾਂਜੀ, ਰਾਜਨੀਤਿਕ ਰੰਜਿਸ਼ ਦੇ ਕਾਰਨ ਵੀ ਇਹ ਕੱਟੇ ਗਏ ਹਨ ਪਰ ਹੁਣ ਇਹ SDM ਸਾਹਿਬ ਨੂੰ ਅਸੀਂ ਇਹੀ ਮੰਗ ਪੱਤਰ ਦੇ ਕੇ ਆਏ ਹਾਂ ਕਿ ਉਹ ਆਪਣੇ ਤੌਰ 'ਤੇ ਇਹਦਾ ਸਰਵੇ ਕਰਨ ਕਿ ਇਹ ਕਿਉਂ ਕੱਟੇ ਗਏ ਔਰ ਕਾਰਨ ਕੀ ਹੈ ਇਸ ਨੂੰ ਕੱਟਣ ਦਾ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।